ਸਾਥੀ ਸ਼੍ਰੀ ਅਕਾਲ ਦੋਸਤੋ ਅੱਜ ਕਿਤਾਬ ਸਮਾਨ ਦਾ ਛੇਵਾਂ ਭਾਗ ਖੁਸ਼ੀ ਆਉਣਾ ਲੇਖਕ ਸਿਮਰ ਦਰਾਹਾ ਇੰਦੇ ਦੇ ਫੜੇ ਜਾਣ ਤੇ ਮੈਂ ਘਰ ਤਾਂ ਗਿਆ ਪਰ ਬਹੁਤ ਡਰਿਆ ਹੋਇਆ ਕੰਮ ਤਾਂ ਮੈਂ ਕਦੋਂ ਦਾ ਛੱਡ ਦਿੱਤਾ ਸੀ ਹੁਣ ਹੋਸਟਲ 'ਚ ਰਹਿ ਕੇ ਤੇ ਸਮਾਨ ਲਾ ਕੇ ਸਾਰ ਰਿਹਾ ਸੀ ਮੇਰਾ ਤੇ ਘਰ ਮੈਂ ਸਾਰਾ ਦਿਨ ਡਰੇ ਨੇ ਰਹਿਣਾ ਕਿ ਹੁਣ ਪੁਲਿਸ ਆਊ ਜਾਂ ਹੋਣਾ ਉ ਪਰ ਕਾ ਰਾ ਕੇ ਮੈਂ ਇੱਕ ਗੱਲ ਤੇ ਬਹੁਤ ਹੈਰਾਨ ਸੀ ਕਿ ਆਮ ਤੌਰ ਤੇ ਮੈਂ ਜਦੋਂ ਇੰਦੇ ਨੂੰ ਦੇਖਦਾ ਸੀ ਕਦੇਸ ਦਿਨ ਸਮਾਨ ਨਾ ਮਿਲੇ ਉਹ ਤੜਫਨ ਲੱਗ ਜਾਂਦਾ ਸੀ ਪਰ ਮੈਨੂੰ ਘਰ ਆ ਕੇ ਹਫਤਾ ਰੰ데요 ਨੂੰ ਹੋ ਗਿਆ ਸੀ ਕੋਈ ਤੜਫਨ ਜਾਂ ਤੋਟ ਨਹੀਂ ਸੀ ਥਾਂ ਬਸ ਕੁਲ ਨੇ ਪਤੇ ਪੱਕਾ ਹੋ ਗਿਆ ਸੀ ਇਸ ਦਾ ਮੈਨੂੰ ਅੱਜ ਤੱਕ ਇੱਕ ਹੀ ਕਾਰਨ ਲੱਗਦਾ ਕਿ ਇਹ ਨਸ਼ਾ ਬਹੁਤ ਜ਼ਿਆਦਾ ਸਸਤਾ ਸੀ ਤੇ ਉਸ ਟਾਈਮ ਪੰਜਾਬ ਦੇ ਹਰ ਦਸਵੇਂ ਨੌਜਵਾਨ ਨੂੰ ਇਹਦੀ ਆਦਤ ਸੀ ਮਾਂ ਮੇਰੀ ਨੇ ਕਦੇ ਨਹੀਂ ਪੁੱਛਿਆ ਕਿ ਕੰਮ ਕਿਉਂ ਛੱਡਿਆ ਜਾਂ ਖਰਚਾ ਕਿਵੇਂ ਚੱਲਦਾ ਹੈ ਉਹ ਬਸ ਇੰਨੇ ਜਿਹੀ ਕੋਸ਼ਿਸ਼ ਸੀ ਕਿ ਮੁੰਡਾ ਕਾਲਜ ਪੜ ਰਿਹਾ ਹੈ ਬਾਪ ਅੱਜ ਕੱਲ੍ਹ ਭੁੱਕੀ ਛੱਡ ਕੇ ਸ਼ਰਾਬ ਵੇਚਣ ਲੱਗ ਪਏ ਸੀ ਹੁਣ ਉਸ ਨੂੰ ਸਾਰੇ ਤਸਕਰ ਕਹਿੰਦੇ ਕੁਝ ਉਸ ਦਾ ਝਾਕਾ ਤਾਂ ਬਹੁਤ ਪਹਿਲਾਂ ਹੀ ਖੁੱਲ ਗਿਆ ਸੀ ਰੋਜ਼ ਘਰੇ ਲੋਕਾਂ ਦੇ ਲੈਣ ਆਉਣ ਕਰਕੇ ਸਾਡਾ ਵੀ ਝਾਕਾ ਖੁੱਲ ਗਿਆ ਮੇਰੀ ਮਾਂ ਨੂੰ ਵੀ ਇਹ ਭੁੱਕੀ ਜਾਂ ਸ਼ਰਾਬ ਹੋਣਾ ਆਮ ਹੀ ਲੱਗਦੀ ਸੀ ਉਹ ਵੀ ਗਰੀਬ ਸੀ ਬਸ ਚੁੱਪ ਕਰ ਜਾਂਦੀ ਸੀ ਪਰ ਬਾਰ-ਬਾਰ ਇਹ ਜ਼ਰੂਰ ਕਹਿੰਦੀ ਸੀ ਕਿ ਜੋ ਕਰ ਰਹੇ ਹੋ ਤੁਸੀਂ ਉਹ ਜਿਨ੍ਹਾਂ ਲਈ ਕਰ ਰਹੇ ਹੋ ਉਹਨਾਂ ਨੂੰ ਹੀ ਭੁਗਤਣਾ ਪੈਣਾ ਮੈਂ ਮਨ 'ਚ ਸੋਚਾਂ ਕਿ ਪੋਤ ਤਾ ਮਾਤਾ ਆਲਰੇਡੀ ਤੁਹਾਡੇ ਸਨ ਹੁਣੀ ਰਹੇ ਆ ਬਸ ਹੁਣ ਤੁਹਾਨੂੰ ਕੀ ਪਤਾ ਵੀ ਕਦੇ ਕਦੇ ਮੇਰੇ ਬੋਲ ਤੁਹਾਨੂੰ ਉੱਚੇ ਜਿਹੇ ਕਿਉਂ ਲੱਗਦੇ ਆ ਕਿਉਂ ਤੁਸੀਂ ਕਹਿੰਨੇ ਹੋ ਵੀ ਦੰਦ ਕਾ ਤੋਂ ਨਹੀਂ ਕੱਢਦਾ ਹੱਸਦਾ ਕਿਉਂ ਨਹੀਂ ਖੇਦਾ ਕਿਉਂ ਰਹਿਣਾ ਸਭ ਕਰ ਕਰਾ ਕੇ ਪਿੰਡ ਆ ਆ ਤੁਹਾਡਾ ਮੁੰਡਾ ਇਸ ਵਾਰ ਪਰ ਮੈਨੂੰ ਨਹੀਂ ਸੀ ਪਤਾ ਕਿ ਇਹ ਪੋਤਨਾ ਨਹੀਂ ਹੁੰਦਾ ਪੋਤਨਾ ਕੁਝ ਹੋਰ ਹੁੰਦਾ ਕੁਝ ਹੋਰ ਹੀ ਮੇਰੀ ਉਡੀਕ ਕਰ ਰਿਹਾ ਸੀ ਬਸ ਫੇਰ ਕੀ ਸੀ ਇੱਕ ਦਿਨ ਯਾਦ ਆਇਆ ਕਿ ਕਾਲਜ ਜਾਵਾਂ ਬੋਲੀਆਂ ਹੀ ਦੁਬਾਰਾ ਪਾ ਲੈਨੇ ਆ ਕਿਉਂਕਿ ਮਨ ਚ ਤੜਫੁੱਠੀ ਕੀ ਇਹ ਸ਼ਹਿਰ ਹੀ ਬਹੁਤ ਮਾੜਾ ਸਾਲੇ ਨੇ ਸਭ ਖਰਾਬ ਕਰਤਾ ਬਸ ਜਾਂਦੇ ਜਾਂਦੇ ਇਹਨੂੰ ਕੁਝ ਕਰਕੇ ਦਿਖਾ ਕੇ ਜਾਣਾ ਕਾਲਜ ਗਿਆ ਸਿੱਧਾ ਆਰਟੀਡੋਰੀਅਮ ਚ ਕੋਚਾਂ ਦੇ ਪੈਰਾਂ ਤੇ ਸਿਰ ਰੱਖ ਕੇ ਕਿਹਾ ਮੈਨੂੰ ਇੱਕ ਮੌਕਾ ਦਿਓ ਬਸ ਇੱਕ ਵਾਰੀ ਹੋਰ ਪਹਿਲਾਂ ਵੀ ਤੁਸੀਂ ਹੀ ਸੰਭਿਆ ਸੀ ਇਸ ਵਾਰ ਵੀ ਸੰਭੋ ਸਾਡੇ ਕੋਚ ਹੈ ਹੀ ਰੱਬ ਦਾ ਰੂਪ ਸੀ ਮੇਰੀ ਮਾਂ ਤੋਂ ਬਾਅਦ ਜੇ ਕਿਸੇ ਬੰਦੇ ਨੂੰ ਮੈਂ ਇੰਨਾ ਭੋਲਾ ਮੰਨਦਾ ਸੀ ਤਾਂ ਉਹ ਉਸ ਸਮੇਂ ਕੋਚ ਹੀ ਸੀ ਉਸਨੇ ਕਿਹਾ ਕਿ ਚਲ ਠੀਕ ਹੈ ਕੱਲ ਤੋਂ ਆ ਜੀ ਫੇਰ ਮੈਂ ਕਿਹਾ ਕਿ ਇੱਕ ਮੇਰੇ ਤੇ ਕਿਰਪਾ ਹੋਰ ਕਰ ਦੋ ਮੇਰੇ ਕੋਲ ਰਹਿਣ ਨੂੰ ਜਗ੍ਹਾ ਨਹੀਂ ਇੱਕ ਸਾਲ ਭੰਗੜੇ ਨਾਲ ਬੋਲੀਆਂ 'ਚ ਜਿੱਤੇ ਹੋਣ ਕਰਕੇ ਕਮਰਾ ਖਲਾ ਦਿਓ ਉਹਨੇ ਤਾਂ ਮੰਨ ਲਿਆ ਪਰ ਪ੍ਰਿੰਸੀਪਲ ਨਾ ਮੰਨੇ ਕਿ ਨਹੀਂ ਦੇਣਾ ਇਹ ਪ੍ਰਧਾਨ ਬਣਦਾ ਹੈ ਆਪਣੇ ਆਪ ਨੂੰ ਹੋਸਟਲ ਦਾ ਹੁਣ ਲੈ ਲਵੇ ਆਪ ਕਮਰਾ ਫੇਰ ਕਿਸੇ ਹੱਥ ਜੋੜ ਕੇ ਰੋ ਪਿਆ ਤੇ ਕਿਹਾ ਜੀ ਬਸ ਬੇਨਤੀ ਹੀ ਆ ਮਾਫ ਹੀ ਕਰ ਦਿਓ ਇਹਦਾ ਮੇਰੀ ਜ਼ਿੰਦਗੀ ਚ ਹੁਣ ਬਹੁਤ ਦੂਰ ਚਲਾ ਗਿਆ ਸੀ ਹੁਣ ਉਹ ਕਾਲ ਜ ਨਹੀਂ ਸੀ ਆਉਂਦਾ ਤੇ ਮੈਂ ਹੋਸਟਲ ਹੀ ਰਹਿੰਦਾ ਸੀ ਕਿਸੇ ਯਾਰ ਦੋਸਤ ਦੀ ਕਮੀ ਖਾਲਦੀ ਸੀ ਬਹੁਤ ਕਿਉਂਕਿ ਹੁਣ ਪਹਿਲਾਂ ਵਾਂਗੂ ਇਕੱਲੇ ਰਹਿਣ ਦੀ ਆਦਤ ਨਹੀਂ ਸੀ ਰਹੀ ਤਾਂ ਇੱਕ ਦਿਨ ਹੋਸਟਲ ਚ ਮੇਰਾ ਇੱਕ ਰੂਮ ਮੇਟ ਆਇਆ ਟਾਈਗਰ ਇਹ ਵਾਈਲੀ ਫਲੋਜਪੁਰ ਦਾ ਸੀ ਬੜਾ ਹੀ ਘੈਂਟ ਬੰਦਾ ਮਾਰੇ ਜਿਹੇ ਸਰੀਰ ਦਾ ਪਰ ਇਦਾਂ ਰੋਬ ਮਾਰਿਆ ਕਰੇ ਸਭ ਤੋਂ ਜਿਵੇਂ ਇਹ ਸੱਚੀ ਟਾਈਗਰ ਹੁੰਦਾ ਪਤਾ ਨਹੀਂ ਟਾਈਗਰ ਵਿੱਚ ਕੀ ਸੀ ਉਹਨੇ ਪਹਿਲੇ ਦਿਨ ਹੀ ਮੇਰਾ ਦਿਲ ਜਿੱਤ ਲਿਆ ਸੀ 사ਲਾ ਥੋੜੇ ਕੁ ਦਿਨਾਂ ਵਿੱਚ ਤਾਂ ਇਦਾਂ ਲੱਗਣ ਲੱਗ ਗਿਆ ਸੀ ਕਿ ਜਿਵੇਂ ਕੋਈ ਤੀਵੀਂ ਮਿਲ ਗਈ ਹੋਵੇ ਮੈਨੂੰ ਮੈਂ ਵਿਆਹਿਆ ਗਿਆ ਹੁਆ ਉਹਨੇ ਮੇਰੀ ਰੋਟੀ ਦਾ ਖਿਆਲ ਰੱਖਣਾ ਜਿਹੜਾ ਔਖਾ ਮੈਨੂੰ ਹੋਇਆ ਕਰੇ ਕੰਨ ਤੇ ਉਹਨੇ ਮਾਰਨਾ ਪਰ ਇਹ ਹਿੰਦੇ ਤੋਂ ਬਿਲਕੁਲ ਉਲਟ ਸੀ ਇਹਨੇ ਸਮਾਨ ਤਾਂ ਕੀ ਦਾਰੂ ਵੀ ਕਦੇ ਹੱਥ ਨਹੀਂ ਸੀ ਲਾਈ ਪਰ ਫੇਰ ਵੀ ਲੋਰ ਚ ਰਹਿੰਦਾ ਸੀ ਕੇਰਾ ਮੇਰੇ ਨਾਲ ਔਖਾ ਹੋਇਆ ਕਹਿੰਦਾ ਵੀਰ ਗੱਲ ਸੁਣ ਲੈ ਤੂੰ ਹੀ ਐ ਮੈਥੋਂ ਵੱਡਾ ਤਾਂ ਛੱਡੀ ਜਾਣਾ ਨਹੀਂ ਅਸੀਂ ਢੇੜ ਬਹੁਤ ਪਾਉਣੇ ਆ ਮੈਂ ਕਿਹਾ ਹੋਇਆ ਕਿ ਕਹਿੰਦਾ ਇੰਨਾ ਸੋਹਣਾ ਗਾਉਣਾ ਕਿਤਾਬਾਂ ਵੀ ਪੜਦਾ ਇਹ ਸੀਨੀਅਰਾਂ ਆਂ ਪੰਗੜੇ ਵਾਲੇ ਜਿੱਤ ਵੀ ਬਹੁਤ ਕਰਦੇ ਆ ਆ ਨਸ਼ੇ ਪੱਤੇ ਜਿਹੇ ਛੱਡਦੇ ਮਾੜੀ ਗੱਲ ਐ ਤੇਰੇ ਲਈ ਇਹਨੂੰ ਵਿਚਾਰੇ ਨੂੰ ਕੌਣ ਦੱਸੇ ਵੀ ਇਹ ਕੂਲ ਐ ਪਤਾ ਕੁਝ ਵੀ ਨਸ਼ਾ ਨਹੀਂ ਇਹਦੇ ਯਾਰ ਨੇ ਕਿੱਡੀਆਂ ਮੱਲਾ ਮਾਰੀਆਂ ਸੀ ਫੇਰ ਇੱਕ ਦਿਨ ਮੈਨੂੰ ਇਹਨੇ ਕਿਹਾ ਮੇਰਾ ਪਹਿਲਾਂ ਹੀ ਦਿਮਾਗ ਘੁਮਿਆ ਹੋਇਆ ਸੀ ਕਿਸੇ ਗੱਲੋਂ ਮੈਂ ਇਹਨੂੰ ਕਹਤਾ ਯਾਰ ਦੋਸਤ ਬਣ ਕੇ ਰਹਿ ਪਿਓ ਨਾ ਬਣ ਤੂੰ ਆਪਣੀ ਜ਼ਿੰਦਗੀ ਜੀ ਮੈਂ ਆਪਣੀ ਜ਼ਿੰਦਗੀ ਜਿਉਣਾ ਕਿਤੇ ਨਹੀਂ ਕੈਂਸਰ ਨਾਲ ਮਰਦਾ ਬਸ ਉਹ ਦਿਨ ਤੋਂ ਬਾਅਦ ਉਹਨੇ ਕਦੇ ਨਹੀਂ ਰੋਕਿਆ ਪਰ ਮੇਰੇ ਦਿਮਾਗ 'ਚ ਗੱਲ ਸੀ ਕਿ ਮੈਂ ਜ਼ਿਆਦਾ ਬੋਲ ਗਿਆ ਫੇਰ ਇੱਕ ਦਿਨ ਪੀਤੀ ਚ ਉਹਦੇ ਅੱਗੇ ਰੋਪਿਆ ਕਿ ਸੌਰੀ ਯਾਰ ਪਰ ਕੀ ਕਰਾਂ ਮੈਂ ਆਪ ਛੱਡਣਾ ਚਾਹਣਾ ਇਹ ਕੋੜ ਛੋਟ ਦਾ ਹੀ ਨਹੀਂ ਸਾਲਾ ਵੱਡਾ ਡਰਾਮਾ ਇਹ ਹੋਇਆ ਕਿ ਉਹ ਵੀ ਰੋਣ ਲੱਗ ਪਿਆ ਟਾਈਗਰ ਸਾਲਾ ਬਣਦਾ ਉਂਝਦਾਰਾ ਸਿੰਘ ਸੀ ਪਰ ਮੈਨੂੰ ਰੋਂਦਾ ਨਹੀਂ ਸੀ ਚਾੜਦਾ ਨਾਲ ਹੀ ਜੱਫੀ ਪਾ ਕੇ ਰੋਣ ਲੱਗ ਪਿਆ ਤੇ ਕਹਿੰਦਾ ਕੋਈ ਨਾ ਬਾਈ ਅੱਜ ਸੌਂ ਜਾ ਹਸਤੇਕ ਨੂੰ ਤੇਰੇ ਪੰਗੜੇ ਨੂੰ ਤੂੰ ਉਹਦੇ ਤੇ ਧਿਆਨ ਦੇ ਮੈਂ ਸੌਂ ਗਿਆ ਪੰਗੜੇ ਤੋਂ 2 ਦਿਨ ਪਹਿਲਾਂ ਸਾਨੂੰ ਗਿੱਧਾ ਦਿਖਾਇਆ ਗਿਆ ਰ ਅਸਲ ਦੇ ਤੌਰ ਤੇ ਉਹਦੇ ਚੋਂ ਇੱਕ ਕੁੜੀ ਬਿਲਕੁਲ ਉਹਦੇ ਵਰਗੀ ਜੀ ਨੂੰ ਕਿੰਨੇ ਸਾਲਾਂ ਤੋਂ ਦਿਲ ਦੇ ਲਈ ਬੈਠਾ ਸੀ ਜਿਹੜੀ ਮੈਂ 12ਵੀਂ ਚ ਆਪ ਛੱਡੀ ਸੀ ਪਰ ਇਹ ਉਹ ਨਹੀਂ ਸੀ ਇਹ ਕੋਈ ਹੋਰ ਸੀ ਜਦ ਨਾਮ ਪਤਾ ਕੀਤਾ ਤਾਂ ਚਾ ਦੁੱਗਣਾ ਹੋ ਗਿਆ ਨਾਮ ਸੀ ਖੁਸ਼ਮੀਤ ਕੌਰ ਫੁੱਜ ਕੇ ਸੋਣੀ ਜਦੋਂ ਗਿੱਧੇ ਚ ਲੱਕ ਮਾਰੇ ਮੇਰੀ ਧੜਕਨ ਤੇਜ਼ ਕਰ ਦਿਆ ਕਰੇ ਬਸ ਉਸ ਪੂਰਾ ਦਿਨ ਕੁੜੀ ਬਾਰੇ ਹੀ ਸੋਚਿਆ ਫੇਰ ਪੰਗੜੇ ਤੋਂ ਇੱਕ ਦਿਨ ਪਹਿਲਾਂ ਤਾਂ ਕੁੜੀ ਦੀ ਮੌਤ ਵੀ ਆ ਜੇ ਉਹਨੂੰ ਵੀ ਪੌਸ ਤੇ ਰੱਖ ਦਿੰਦੇ ਸੀ ਵਿਪਰਤੋਂ ਗੱਲ ਕਰਦੇ ਆ ਕੱਲ ਬਹੁਤ ਵੱਡਾ ਕੰਮ ਕਰਨਾ ਉਸ ਸਾਲ ਮੇਰੀ ਬਹੁਤ ਮਿਹਨਤ ਕੀਤੀ ਹੋਈ ਸੀ ਤੇ ਜਦ ਮੈਂ ਸਟੇਜ ਤੇ ਚੜਿਆ ਤਾਂ ਬੋਲੀਆਂ ਪਾਈਆਂ ਲੋਕ ਲੋਕ ਇੱਕ ਵਾਰ ਫੇਰ ਖੜੇ ਹੋਏ ਟੀਮ ਫੇਰ ਜਿੱਤੀ ਮੈਨੂੰ ਫੇਰ ਮੋਢਿਆਂ ਤੇ ਚੁੱਕਿਆ ਕੋਚ ਅੱਜ ਵੀ ਖੁਸ਼ੀ ਬਸ ਮੈਂ ਇੱਕ ਹੀ ਗੱਲ ਬਾਰ-ਬਾਰ ਸੋਚ ਰਿਹਾ ਸੀ ਕਿ ਮੈਂ ਇਹਨਾਂ ਚੀਜ਼ਾਂ ਨੂੰ ਛੱਡ ਕਿਉਂ ਦਿੱਤਾ ਸੀ ਕਿੰਨਾ ਸਵਾਦ ਸੀ ਇਹ ਸਭ 'ਚ ਕਿੰਨਾ ਪਿਆਰ ਸਤਿਕਾਰ ਸੀ ਪੰਗੜੇ 'ਚ ਮੈਂ ਕਿਹੜੇ ਬੁੱਠੇ ਕਮਾਂ 'ਚ ਪਿਆ ਰਹਾ ਪੂਰਾ 1.5 ਸਾਲ ਤੇ ਫੇਰ ਦੂਜੀ ਗੱਲ ਇਹ ਦਿਲ 'ਚ ਵੀ ਉਹ ਕੁੜੀ ਨੇ ਮੈਨੂੰ ਗਾਉਂਦੇ ਦੇਖ ਲਿਆ ਹੋਵੇ ਰੱਬ ਸ਼ਾਇਦ ਮੈਨੂੰ ਯਾਦ ਰੱਖ ਲਵੇ ਫੇਰ ਉਸ ਦਿਨ ਜਦੋਂ ਅਸੀਂ ਵਾਪਸ ਆਏ ਤਾਂ ਮੈਂ ਆ ਕੇ ਟਾਈਗਰ ਨੂੰ ਕਿਹਾ ਬਈ ਹੋ ਗਏ ਪੰਗੜੇ ਜਿੱਤ ਵੀ ਗਏ ਮੈਂ ਕਿਹਾ ਸੀ ਨਾ ਮੈਂ ਸੁਧਰਨਾ ਬਸ ਹੁਣ ਮੈਨੂੰ ਸੁਧਾਰਨ ਵਾਲੀ ਆ ਗਈ ਆ ਕਹਿੰਦਾ ਕੌਣ ਆ ਬਈ ਮੈਂ ਉਹਨੂੰ ਦੱਸਿਆ ਗਿੱਧੇ ਵਾਲੀ ਖੁਸ਼ ਉਹ ਕਹਿੰਦਾ ਨਾ ਬਈ ਉਹ ਨਹੀਂ ਫਸਦੀ ਬਹੁਤ ਸੌਹੂ ਆ ਖਿਆਲ ਚ ਵੀ ਨਾ ਸੋਚੀ ਮੈਂ ਉਹਨੂੰ ਕਿਹਾ ਮੈਨੂੰ ਬੱਬੂ ਕਹਿੰਦੇ ਆ ਜ਼ਿੰਦਗੀ ਮੈਂ ਜਿਹੋ ਜਹੀ ਸੋਚ ਲੈਣਾ ਉਦਾਂ ਦੀ ਹੀ ਜੀ ਕੇ ਦਿਖਾਉਣਾ ਫੇਰ ਤੇ ਕੁੜੀ 6 ਮਹੀਨੇ ਵਿੱਚ ਮੇਰੀ ਹੋਊ ਯਾਦ ਰੱਖੀ ਕਹਿੰਦਾ ਠੀਕ ਆ ਰਹੀ ਸ਼ਰਤ ਪਤਾ ਹੀ ਨਹੀਂ ਸੀ ਉਸ ਟਾਈਮ ਵਿੱਚ ਇਹ ਕੁੜੀ ਹੁਣ ਪਿਆਰ ਆ ਕੇ ਸ਼ਰਤ ਆ ਬਸ ਜੋ ਵੀ ਸੀ ਅਗਲੇ ਦਿਨ ਤੋਂ ਉਹੀ ਸੀ ਸਭ ਕੁਝ ਅਗਲੇ ਦਿਨ ਮੈਂ ਹੌਸਲਾ ਕਰਕੇ ਉਹਨੂੰ ਮੈਸੇਜ ਕੀਤਾ ਇਨਸਟਾ ਤੇ ਤੇ ਉਹਦਾ ਰਿਪਲਾਈ ਆਇਆ ਕਉ ਯਾਨੀ ਕਿ ਵਧੀਆ ਸੀ ਸਾਡੀ ਟੀਮ ਜਿੱਤ ਗਈ ਸੀ ਮੈਂ ਕਿਹਾ ਕਿ ਤੁਸੀਂ ਮੇਰੀਆਂ ਬੋਲੀਆਂ ਸੁਣੀਆਂ ਹੋਣੇ ਹਾਸੇ ਵਾਲੇ ਇਮੋਜੀ ਭੇਜ ਤੇ ਮੈਂ ਕਿਹਾ ਕੀ ਹੋਇਆ ਕਹਿੰਦੀ ਉਹ ਤਾਂ ਸੁਣੀ ਗਈ ਮੈਂ ਲਾਲਿਆ ਸਾਹਿਬ ਵੀ ਬਣ ਜੂ ਗੱਲ ਫੇਰ ਮੈਂ ਉਹਨੂੰ ਅਗਲੇ ਦਿਨ ਕਿਹਾ ਦੋਸਤ ਬਣਦੇ ਆ ਕਹਿੰਦੀ ਠੀਕ ਆ ਪਰ ਸਿਰਫ ਦੋਸਤ ਰਾਂਗੇ ਮੈਂ ਕਿਹਾ ਠੀਕ ਹੈ ਜੀ ਦਿਲ ਚ ਸੋਚਿਆ ਵਿਆਹ ਦੋਸਤ ਤਾਂ ਮੁੰਡੇ ਹੁੰਦੇ ਆ ਕੁੜੀਆਂ ਤਾਂ ਸਹੇਲੀਆਂ ਹੀ ਹੁੰਦੀਆਂ ਕੋਈ ਨਾ ਕਰਦੇ ਆ ਕੋਈ ਹੀਲਾ ਫੇਰ ਕੀ ਸੀ ਰੋਜ਼ ਗੱਲਾਂ ਕਰਿਆ ਕਰਦੇ ਸਾਰਾ ਸਾਰਾ ਦਿਨ ਲੱਗੇ ਰਹਿਣਾ ਟਾਈਗਰ ਦੇਖ ਦੇਖ ਰਾਨ ਸੀ ਵਿਬਾਈ ਕਰਦਾ ਕੀ ਰਹਿੰਦਾ ਮੈਂ ਕਿਹਾ ਵੀ ਤੂੰ ਤਾਂ ਪੁੱਤ ਸ਼ਰਤ ਹਾਰੇ ਆ ਬੈਠਾ ਆਪਣਾ ਹਿਸਾਬ ਜਿਹੜਾ ਲਾ ਲਏ ਉਨੇ ਕਿਹਾ ਤੂੰ ਪੁੱਤ ਹਾਰੇਗਾ ਸ਼ਰਤ ਮੈਥੋਂ ਲਵਾ ਲੈ ਜਿਸ ਦਿਨ ਉਹਨੂੰ ਪਤਾ ਲੱਗਿਆ ਕਿ ਕਦੇ-ਕਦੇ ਥੋੜੇ ਬੋਲ ਕਿਉਂ ਉੱਤੇ ਹੁੰਦੇ ਆ ਕੁਲਪ ਦੇ ਬਾਦਸ਼ਾਹ ਜੀ ਮੇਰੇ ਦਿਲ 'ਚ ਇਹ ਗੱਲ ਬੈਠ ਗਈ ਕੀ ਉਸ ਨੂੰ ਜਿਸ ਦਿਨ ਪਤਾ ਲੱਗਿਆ ਕਿ ਮੈਂ ਇਹ ਨਸ਼ੇ ਕਰਦਾ ਜਾਂ ਦੂਜਾਂ ਝੂਠ ਮੈਂ ਉਹਨੂੰ ਬੋਲਿਆ ਸੀ ਕਿ ਅੱਜ ਤੱਕ ਹੋਰ ਕਿਸੇ ਕੁੜੀ ਵੱਲ ਦੇਖਿਆ ਤੱਕ ਨਹੀਂ ਬਸ ਉਹੀ ਪਸੰਦ ਆਈ ਆ ਜਦ ਕਿ ਉਦੋਂ ਤੱਕ 20-25 ਸਹੇਲੀਆਂ ਰਹੀਆਂ ਸੀ ਮੇਰੀਆਂ ਫੇਰ ਮੈਂ ਇੱਕ ਦਿਨ ਪੀਤੀ ਚ ਪਤਾ ਨਹੀਂ ਇੰਨਾ ਸਿਆਣਾ ਕਿਉਂ ਬਣ ਗਿਆ ਕਿ ਉਹਨੂੰ ਸਭ ਸੱਚ ਦੱਸ ਦਿੱਤਾ ਕੂਲਪ ਤੋਂ ਲੈ ਕੇ ਸਹੇਲੀਆਂ ਤੱਕ ਉਹਨੇ ਮੈਨੂੰ ਅਗਲੇ ਦਿਨ ਇਕੱਲੇ ਨੂੰ ਬੁਲਾਇਆ ਮੈਂ ਕੋਲ ਗਿਆ ਮੈਨੂੰ ਲੱਗਿਆ ਗੁੱਸੇ ਹੋ ਪਰ ਇਹ ਸਾਲਾ ਕੁਝ ਅਲੱਗ ਹੀ ਹੋ ਗਿਆ ਸੀ ਉਹ ਰੋਣ ਲੱਗ ਪੀ ਮੈਨੂੰ ਕਹਿੰਦੀ ਸੱਚੀ ਇੰਨਾ ਕਰਦਾ ਮੇਰਾ ਮੈਂ ਕਿਹਾ ਮੈਂ ਕੀ ਕੀਤਾ ਤਾਂ ਉਹ ਕਹਿੰਦੀ ਮਤਲਬ ਰਾਤ ਦਾ ਸਭ ਭੁੱਲ ਗਿਆ ਮੈਂ ਕਿਹਾ ਨਹੀਂ ਸਭ ਯਾਦ ਆ ਕਹਿੰਦੀ ਸੱਚੀ ਇੰਨਾ ਯਕੀਨ ਕਰਦੇ ਹਾਂ ਮੇਰੇ ਤੇ ਕੀ ਸਭ ਸੱਚ ਦੱਸਤਾ ਆ ਗੱਲ ਜਦੋਂ ਉਹਨੇ ਕਹੀ ਤਾਂ ਜਿੰਦ ਹੱਥ ਚ ਹੀ ਆ ਗਈ ਮੈਥੋਂ ਹਾਂ ਕਹਿ ਹੋ ਗਿਆ ਉਹਨੇ ਵੀ ਹਾਂ ਕਹਿ ਦਿੱਤੀ ਮੈਂ ਹੈਰਾਨ ਵੀ ਇਹ ਕੰਮ ਬਾਲਾ ਛੇਤੀ ਹੂ ਬਣ ਗਿਆ ਭੱਜਿਆ ਮੈਂ ਟਾਈਗਰ ਕੋਲ ਗਿਆ ਤੇ ਦੇਖਿਆ ਟਾਈਗਰ ਵੀ ਇਹ ਕੁੜੀ ਨਾਲ ਬੈਠਾ ਮੈਂ ਕਿਹਾ ਕਰਤੀ ਉਹਨੇ ਹਾਂ ਸ਼ਰਤ ਜਿੱਤ ਗਿਆ ਮੈਂ ਨਾਲੇ ਬੈਠੀ ਕੁੜੀ ਬੋਲੀ ਇਹ ਦੇ ਕਰਕੇ ਹੀ ਜਿੱਤਿਆ ਤੂੰ ਇਹਨੇ ਹੀ ਅੱਜ ਸਵੇਰੇ ਉਹਦੇ ਕੋਲ ਜਾ ਕੇ ਬਹੁਤ ਮਿਹਨਤ ਕੀਤੀ ਹੈ ਕਿ ਮੇਰਾ ਭਰਾ ਮਸਾ ਸੁਧਰਨ ਲੱਗਿਆ ਜੋ ਨੇ ਤੈਨੂੰ ਦੱਸਿਆ ਉਹ ਦੀ ਮਾਂ ਨੂੰ ਵੀ ਨਹੀਂ ਪਤਾ ਬਸ ਸਾਹਮਲੇ ਮੇਰੇ ਭਰਾ ਨੂੰ ਇਹ ਸੁਣ ਕੇ ਮੈਨੂੰ ਸਾਲਾ ਖੁਸ਼ ਤੋਂ ਵੱਧ ਪਿਆਰ ਟਰਾਈਗਰ ਤੇ ਆਵੇ ਵੀ ਸਾਲਾ ਜਿਵੇਂ ਦਾ ਵੀ ਇਹ ਬਾਲਾ ਕਰਦਾ ਮੇਰਾ ਸ਼ੋਰ ਜਿਆ ਉਹ ਸਾਲ ਵੀ ਮੇਰਾ ਆਖਰੀ ਸੀ ਕਾਲਜ ਵਿੱਚ ਅਸੀਂ ਸਾਰੇ ਪੰਗੜੇ ਵਾਲੇ ਇਕੱਠੇ ਹੋ ਇਹ ਕਾਲਜ ਗੇੜਾ ਕੱਢਦੇ ਸੀ ਉਸ ਦਿਨ ਪਤਾ ਲੱਗਿਆ ਕਿ ਇਕੱਲੇ ਪ੍ਰਧਾਨ ਬਣਨ ਨਾਲੋਂ ਜਦੋਂ ਬੰਦਾ ਕਿਸੇ ਟੀਮ ਨਾਲ ਗੇੜਾ ਮਾਰਦਾ ਤਾਂ ਲੋਕੀ ਡਰਦੇ ਨਹੀਂ ਸਤਿਕਾਰ ਕਰਦੇ ਆ ਤੇ ਸੋਚਦੇ ਆ ਕਿ ਕਾਜ ਸਾਡੇ ਕੋਲ ਵੀ ਹੈ ਜਿਹੇ ਯਾਰ ਹੋਣ ਫੇਰ ਖੁਸ਼ ਨਾਲ ਮੈਂ ਸਾਰਾ ਦਿਨ ਲੱਗੇ ਰਹਿਣਾ ਸਾਰੀ ਰਾਤ ਵੀ ਤੇ ਟਾਈਗਰ ਮੈਨੂੰ ਦੇਖ ਕੇ ਹੱਸਦਾ ਰਹਿੰਦਾ ਵੀ ਬਾਈ ਬਾਈ ਨੂੰ ਨਵਾਂ ਕੰਮ ਲੱਗ ਗਿਆ ਫੇਰ ਪਤਾ ਨਹੀਂ ਉਹਨੇ ਮੇਰੇ ਗੀਤਕਾਰ ਸਾਲ ਡੇਢ ਸਾਲ ਬਾਅਦ ਦੁਬਾਰਾ ਜਗਾਇਆ ਮੈਂ ਉਹਦੇ ਤੇ ਆਪਣੇ ਯਾਰਾਂ ਦੀ ਕિસ્ਸਿਆਂ ਤੇ ਗੀਤ ਬਣਾਉਣ ਲੱਗ ਗਿਆ ਜਾਂ ਉਸ ਪੁਰਾਣੇ ਪਿਆਰ ਬਾਰੇ ਜਿਹਦੀ ਯਾਦ ਖੁਸ਼ ਨੂੰ ਦੇਖ-ਦੇਖ ਆਉਂਦੀ ਰਹਿੰਦੀ ਸੀ ਬਸ ਉਹੀ ਛੇ ਕੁ ਮਹੀਨਿਆਂ ਨੂੰ ਜਵਾਨੀ ਕਹਿਣ ਨੂੰ ਦਿਲ ਕਰਦਾ ਏ ਬਹੁਤ ਖੁੱਲੇ ਸਾਰੇ ਸਨ ਖੁਸ਼ ਕਰਕੇ ਹੁਣ ਮੈਂ ਸਾਰੇ ਨਸ਼ੇ ਵੀ ਛੱਡ ਦਿੱਤੇ ਸਨ ਤੇ ਬਣ ਠਣ ਕੇ ਰਹਿਣ ਲੱਗਿਆ ਸੀ ਕਿਉਂਕਿ ਉਹ ਕਹਿੰਦੀ ਸੀ ਸੋਨਾ ਬਣ ਕੇ ਰਹਾ ਕਰ ਤੇ ਰੋਜ਼ ਨਹਾਇਆ ਕਰ ਕਿਉਂਕਿ ਇੱਕ ਇਹ ਵੀ ਗੱਲ ਸੀ ਕਿ ਮੈਂ ਨਹਾਉਣ ਚ ਬਾਲਾ ਠੱਲਾ ਸੀ ਇਹ ਮੇਰੇ ਘਰਦਿਆਂ ਨੂੰ ਵੀ ਸਾਰੇ ਯਾਰਾਂ ਦੋਸਤਾਂ ਨੂੰ ਵੀ ਪਤਾ ਸੀ ਸਾਰੇ ਇਸ ਗੱਲ ਦਾ ਬਹੁਤ ਮਜ਼ਾਕ ਉਡਾਉਂਦੇ ਸੀ ਪਰ ਉਹਦੇ ਆਉਣ ਤੋਂ ਬਾਅਦ ਜਿਵੇਂ ਜ਼ਿੰਦਗੀ ਹੀ ਸੰਵਰ ਗਈ ਉਹਨੂੰ ਮੈਂ ਫੇਰ ਕਿਹਾ ਤਾਂ ਨਵਾਦ ਨਸ਼ੇ ਛਡਾਉਣ ਲਈ ਉਹਨੇ ਪੁੱਛਿਆ ਤੂੰ ਲੱਗਿਆ ਕਿਵੇਂ ਸੀ ਮੈਂ ਕਿਹਾ ਹੀ ਗੀਤ ਲਿਖਣ ਕਰਕੇ ਕੁੱਝ ਕਿਤਾਬਾਂ ਪੜ ਕੇ ਕੋਈ ਗੀਤ ਸੁਣ ਕੇ ਉਹਨੇ ਮੇਰੇ ਲਿਖਣ ਦਾ ਢੰਗ ਤਾਂ ਬਦਲਿਆ ਹੀ ਸੀ ਕਿਤਾਬਾਂ ਵੀ ਬਦਲ ਦਿੱਤੀਆਂ ਅੱਜ ਕੱਲ ਮੈਂ ਰਾਮ ਸਰੂਪ ਆਣਕੀ ਤੇ ਜਸਵੰਤ ਕਮਲ ਜੀ ਨੂੰ ਪੜ ਰਿਹਾ ਸੀ ਤੇ ਗਾਣੇ ਸਿਰਫ ਅਸਰਤਾਏ ਦੇ ਸੁਣ ਸਕਦਾ ਸੀ ਕਿਸੇ ਹੋਰ ਦੇ ਸੁਣਨ ਦੀ ਮਨਾਹੀ ਸੀ ਕਿਉਂਕਿ ਉਹਨਾਂ ਮੁਤਾਬਿਕ ਮੈਂ ਫੇਰ ਲੱਗ ਜਾਣਾ ਸੀ ਨਹੀਂ ਤਾਂ ਨਸ਼ੇ ਤੇ ਤਾਂ ਮੈਂ ਵੀ ਉਹਨਾਂ ਦੀ ਗੱਲ ਮੰਨ ਕੇ ਉਦਾਂ ਹੀ ਕਰਦਾ ਰਿਹਾ ਜਿਸ ਤਰ੍ਹਾਂ ਉਹਨਾਂ ਦੁਆਰਾ ਹੁਕਮ ਹੁੰਦਾ ਗਿਆ ਹੁਣ ਪਿਆਰ ਇੰਨਾ ਜ਼ਿਆਦਾ ਗੂੜਾ ਹੋ ਗਿਆ ਸੀ ਕਿ ਕਦੇ ਇਕੱਲੀ ਨਾਲ ਨਾ ਬਹਿਣ ਵਾਲੀ ਸਾਰਿਆਂ ਸਾਹਮਣੇ ਨਾਲ ਬਹਿਣ ਲੱਗ ਪਈ ਸੀ ਸ਼ਾਇਦ ਦੋਸਤ ਨੂੰ ਮੇਰੇ ਤੇ ਯਕੀਨ ਸੀ ਕਦੇ ਇਕੱਲੇ ਨਾਲ ਨਾ ਖੜਨ ਵਾਲੀ ਮੈਨੂੰ ਬਹੁਤ ਵਾਰ ਇਕੱਲੀ ਮਿਲੀ ਵੀ ਪਰ ਹੱਥ ਵੀ ਨਹੀਂ ਲਾਇਆ ਕਦੇ ਕੁਝ ਉਹ ਕੁੜੀ ਚੰਗੀ ਸੀ ਤੇ ਮੇਰੇ ਕੰਨਾਂ 'ਚ ਮਾਂ ਦੇ ਉਹ ਬੋਲ ਅਜੇ ਵੀ ਗੂੰਜਦੇ ਕਰਨ ਕੀ ਜੋ ਬੀਜੇਗਾ ਵੜਨਾ ਪਊ ਤੇਰੇ ਘਰ ਵੀ ਪੈਣ ਹੈ। ਸੋ ਐਸੇ ਗੱਲ ਨੇ ਕਦੇ ਹੱਥ ਫੜਨ ਤੱਕ ਦੀ ਇਜਾਜ਼ਤ ਨਾ ਦਿੱਤੀ ਮੈਨੂੰ। ਫੇਰ ਪਿਆਰ ਚ ਉਸ ਨੂੰ ਮੇਰੇ ਤੇ ਯਕੀਨ ਵੀ ਪੂਰਾ ਹੋਣ ਲੱਗਿਆ। ਹੁਣ ਅਸੀਂ ਇੱਕ ਦੂਸਰੇ ਨਾਲ ਵਿਆਹ ਕਰਾਉਣਾ ਚਾਹੁੰਦੇ ਸੀ ਪਰ ਇਸ ਗੱਲ ਤੋਂ ਡਰਦੇ ਸੀ ਕਿਉਂਕਿ ਉਸਦੇ ਡੈਡੀ ਨੇ ਨਹੀਂ ਸੀ ਮੰਨਣਾ। ਮੇਰਾ ਰਿਸ਼ਤਾ ਜੀਬਾਂ ਦੇ ਬਹੁਤ ਫਰਕ ਸੀ। ਉਸਦੇ ਬਾਪੂ ਦੀਆਂ ਕਈ ਫੈਕਟਰੀਆਂ ਸੀ ਤੇ ਮੇਰੇ ਬਾਪੂ ਨੂੰ ਕੰਮ ਕੀਤੇ ਨੂੰ ਸਾਲ ਵੀ 4 ਹੋ ਚੱਲੇ ਸੀ। ਸਾਡੇ ਘਰ ਸਵੇਰ ਦੀ ਖਾ ਕੇ ਸੋਚਿਆ ਜਾਂਦਾ ਸੀ ਰਾਤ ਦੀ ਕਿੱਦਾਂ ਖਾਈ ਜਾਵੇ ਪਰ ਇੱਕ ਹੱਲ ਸੀ ਜੇ ਮੈਂ ਪੜ ਲੈ ਕੇ ਨੰਬਰ ਵਧੀਆ ਨਾਲ ਪਾਸ ਹੋ ਜਾਣਾ ਤਾਂ ਉਹਨਾਂ ਨੂੰ ਆਸ ਹੋ ਜਾਂਦੀ ਕਿ ਇਹ ਕੱਲ ਨੂੰ ਕੋਈ ਵੱਡਾ ਸਰਕਾਰੀ ਪੇਪਰ ਕੱਢ ਸਕਦਾ ਤੇ ਇਹਨਾਂ ਦੀ ਕੁੜੀ ਨੂੰ ਖੁਸ਼ ਰੱਖੂ ਮੈਂ ਇਹੀ ਸੋਚਦਾ ਕਿ ਗ੍ਰੈਜੂਏਸ਼ਨ 'ਚ ਨੰਬਰ ਹੀ ਲੈ ਕੇ ਆਉਣੇ ਪੈਣੇ ਆ ਜਿਆਦਾ ਤਾਂ ਹੀ ਵਿਆਹ ਦਾ ਕੁਝ ਹੋ ਸਕਦਾ ਬਾਕੀ ਮੈਂ ਆਪਣੇ ਘਰੇ ਖੁੱਲਾ ਸੀ ਮਾਂ ਨੂੰ ਦੱਸ ਦਿੱਤਾ ਸੀ ਕੀ ਕੁੜੀ ਆ ਇੱਕ ਮੈਥ ਦੀ ਐਮ ਐਸ ਸੀ ਕਰ ਰਹੀ ਆ ਚੰਗੀ ਆ ਵੱਡੇ ਘਰ ਦੀ ਆ ਮੈਨੂੰ ਕਾਫੀ ਸੰਭਾਲ ਲੈਂਦੀ ਆ ਮੈਂ ਉਹਦੇ ਨਾਲ ਹੀ ਵਿਆਹ ਕਰਾਉਂ ਮਾਂ ਨੇ ਕਿਹਾ ਠੀਕ ਹੈ ਬਸ ਤੂੰ ਪੜ੍ਹ ਲੈ ਲੈ ਬਾਕੀ ਜਿਵੇਂ ਤੇਰਾ ਮਨ ਫਿਰ ਉਸੇ ਤਰ੍ਹਾਂ ਕਰੀ ਮੈਂ ਖੁਸ਼ੀ ਹੁਣ ਮੈਂ ਪੜ੍ਹਾਈ ਬਹੁਤ ਕਰਨ ਲੱਗ ਪਿਆ ਇਸ ਵਾਰ ਪੇਪਰ ਆਏ ਤਾਂ ਮੈਂ ਜਾਣ ਲਈ ਆਪਣੇ ਆਖਰੀ ਪੇਪਰਾਂ ਚ ਤੇ ਪੇਪਰਾਂ ਤੋਂ ਬਾਅਦ ਵੇਲਾ ਹੋ ਕੇ ਆਰਾਮ ਨਾਲ ਸਾਰੀ-ਸਾਰੀ ਰਾਤ ਫਿਰ ਉਸ ਨਾਲ ਗੱਲਾਂ ਕੀਤੀਆਂ ਬਸ ਹੁਣ ਰਿਜ਼ਲਟ ਦੀ ਉਡੀਕ ਸੀ ਉਸ ਵਿੱਚ ਹੀ ਅਸੀਂ ਇੱਕ ਦੋ ਵਾਰ ਕਰੇ ਚੋਰੀ ਮਿਲੇ ਸੱਚੀ ਇੱਕ ਦੂਜੇ ਨੂੰ ਦੇਖ ਦੇਖ ਕੇ ਹੀ ਕੁਝ ਹੁੰਦਾ ਰਹਿੰਦਾ ਸੀ ਡੈਲ ਕਰਦਾ ਸੀ ਹੁਣ ਚਾਕੇ ਘਰ ਲੈ ਜਾ ਕਿ ਮਾਂ ਨੂੰ ਕਹਾਂ ਦੇਖ ਮੈਂ ਤੇਰੇ ਲਈ ਕਿੰਨੀ ਸੋਹਣੀ ਨੂੰ ਲੈ ਕੇ ਆਇਆ ਹਾਂ ਖੁਸ਼ੀ ਨੂੰ ਮੈਂ ਪੁੱਤ ਕਹਾ ਕਰਦਾ ਸੀ ਉਹ ਮੈਨੂੰ ਪੁੱਤ ਕਹਿੰਦੀ ਸੀ ਬਸ ਸਾਰਾ ਦਿਨ ਫੋਨ ਤੇ ਪੁੱਤ ਪੁੱਤ ਹੀ ਹੁੰਦੀ ਰਹਿੰਦੀ ਸੀ ਐਨੇ ਨੂੰ ਸਾਡੇ 2-4 ਮਹੀਨੇ ਬਾਅਦ ਰਿਜ਼ਲਟ ਆ ਗਿਆ ਮੈਂ ਯੂਨੀਵਰਸਿਟੀ 'ਚੋਂ 15ਵੇਂ ਨੰਬਰ ਤੇ ਸੀ ਏ ਦੇਖ ਕੇ ਕਾਲਜ ਦੇ ਵੀ ਸੱਭਾ ਦੋਸਤਾਂ ਦੇ ਵੀ ਮਾਪਿਓ ਦੇ ਵੀ ਸੀਨੇ ਚੌੜੇ ਹੋ ਗਏ ਸਭ ਤੋਂ ਜ਼ਿਆਦਾ ਖੁਸ਼ੀ ਖੁਸ਼ੀ ਨੂੰ ਸੀ ਕਿ ਹੁਣ ਉਹ ਘਰੇ ਗੱਲ ਕਰ ਸਕਦੀ ਹੈ ਉਹਨੂੰ ਉਹਨੇ ਹੌਸਲਾ ਜੇਹਾ ਕਰਦੀ ਨੇ ਆਪਣੀ ਮਾਂ ਨੂੰ ਦੱਸ ਦਿੱਤਾ ਮੇਰੇ ਬਾਰੇ ਤੇ ਉਹਦੇ ਪਿਓ ਨੂੰ ਉਸਦੀ ਮਾਂ ਨੇ ਕੀ ਖੁਸ਼ ਉਸ ਮੁੰਡੇ ਨੂੰ ਪਸੰਦ ਕਰਦੀ ਹੈ ਤੇ ਮੁੰਡਾ ਪੜ੍ਹਨ 'ਚ ਵੀ ਚੰਗੇ ਬਸ ਜਲਦੀ ਹੀ ਕੋਈ ਮਾਸਟਰ ਦੀ ਡਿਗਰੀ ਵੀ ਕਰ ਲਊ ਤੇ ਕੋਈ ਸਰਕਾਰੀ ਪੇਪਰ ਵੀ ਕਲੀਅਰ ਕਰ ਲਊ ਉਸਦੀ ਮਾਂ ਖੁਸ਼ ਹੋਈ ਬਹੁਤ ਖੁੱਲੇ ਸੁਭਾਅ ਦੀ ਸੀ ਡਰ ਸੀ ਤਾਂ ਬਸ ਹੁਣ ਉਹਦੇ ਬਾਪ ਦਾ ਕਿਉਂਕਿ ਉਸ ਦੀ ਵੱਡੀ ਭੈਣ ਨੇ ਵੀ ਭੱਜ ਕੇ ਵਿਆਹ ਕਰਾ ਲਿਆ ਸੀ ਤੇ ਹੁਣ ਉਹਦੇ ਸਹੁਰੇ ਬਹੁਤ ਦੁਖੀ ਕਰਦੇ ਸੀ ਉਸਦੇ ਪਿਓ ਨੂੰ ਲੱਗ ਮੈਂ ਅਰਜ ਨਾਲ ਕੋਈ ਗੁੱਸਾ ਨਹੀਂ ਸੀ ਜੇ ਗੁੱਸਾ ਸੀ ਤਾਂ ਇਸ ਕਰਕੇ ਕਿ ਉਸ ਦੀ ਕੁੜੀ ਨੂੰ ਉਸ ਦੀ ਮਰਜ਼ੀ ਦਾ ਜਵਾਈ ਖੁਸ਼ ਨਹੀਂ ਸੀ ਰੱਖ ਰਿਹਾ ਬਸ ਫੇਰ ਕੀ ਸੀ ਖੁਸ਼ੀ ਲਈ ਜੇ ਮੈਂ ਇਹਨਾਂ ਕੁਝ ਬਦਲਿਆ ਸੀ ਤਾਂ ਇਸ ਵਾਰ ਉਹ ਵੀ ੜੀ ਹੋਈ ਸੀ ਮਾਂ ਦੇ ਅਕੇ ਕਿ ਜੇ ਕਰਾਏਗੀ ਤਾਂ ਇਸੇ ਮੁੰਡੇ ਨਾਲ ਹੀ ਵਿਆਹ ਨਹੀਂ ਤਾਂ ਕੁਵਾਰੀ ਹੀ ਬੈਠੀ ਰਹੇਗੀ ਉਸ ਦੀ ਮਾਂ ਇਹ ਸਭ ਦੇਖ ਕੇ ਬਹੁਤ ਹੀ ਡਰੀ ਹੋਈ ਹੋਈ ਸੀ ਘਬराई ਵੀ ਕੀ ਬਣੂ ਜਦ ਇਹਦੇ ਪਿਓ ਨੂੰ ਪਤਾ ਲੱਗੂ ਕਿ ਇਹ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ ਬੱਸ ਫੇਰ ਕੀ ਸੀ ਇੱਕ ਦਿਨ ਉਹਨੇ ਆਪ ਹੀ ਹੌਸਲਾ ਕਰ ਲਿਆ ਤੇ ਇੱਕ ਦਿਨ ਸਾਰੇ ਇਕੱਠੇ ਬੈਠੇ ਰਾਤ ਦੀ ਰੋਟੀ ਖਾ ਰਹੇ ਸੀ ਕੀ ਖੁਸ਼ੀ ਨੇ ਆਪ ਹੀ ਗੱਲ ਛੇੜ ਲਈ ਤੇ ਕਹਿੰਦੀ ਡੈਡੀ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਉਸ ਦੇ ਡੈਡੀ ਨੇ ਕਿਹਾ ਹਾਂ ਜੀ ਪੁੱਤ ਦੱਸੋ ਪਿਆਰ ਬਹੁਤ ਕਰਦਾ ਸੀ ਉਸ ਦਾ ਡੈਡੀ ਉਹਨੂੰ ਖੁਸ਼ੀ ਨੇ ਕਿਹਾ ਜੀ ਮੈਂ ਮੰਮੀ ਨੂੰ ਸਾਰੀ ਗੱਲ ਦੱਸ ਦਿੱਤੀ ਹੈ ਇਹ ਤੁਹਾਨੂੰ ਰਾਤੀ ਦੱਸ ਦੇਣਗੇ ਉਸ ਦੇ ਪਿਤਾ ਨੇ ਸਮਝਿਆ ਸ਼ਾਇਦ ਕੋਈ ਨਵਾਂ ਮੋਬਾਈਲ ਲੈਣਾ ਹੋ ਤਾਂ ਇਹ ਆਪ ਨਹੀਂ ਮੰਗਣਾ ਚਾਹੁੰਦੀ ਮਾਂ ਤੋਂ ਫਰਮੈਸ਼ ਲਵਾ ਰਹੀ ਹੈ ਉਸ ਨੇ ਗੱਲ ਨੂੰ ਆਇਆ ਗਿਆ ਕਰ ਦਿੱਤਾ ਤੇ ਕਿਹਾ ਜੋ ਕੁਝ ਹੋਇਆ ਰਾਤੀ ਉਸ ਦੀ ਮਾਂ ਆਪ ਹੀ ਕਰ ਲਊ ਪਰ ਕਾਹਨੂੰ ਮਾਂ ਦਾ ਤਾਂ ਬੀਪੀ ਡਾਊਨ ਹੋਇਆ ਪਿਆ ਸੀ ਕੀ ਕੈਸੀਆਂ ਜੰਮੀਆਂ ਨੇ ਮੁਸੀਬਤਾਂ ਪੜ੍ਹਨ ਲਿਖਣ ਚ ਵਧੀਆਂ ਨੇ ਪਰ ਇਹਨਾਂ ਨੂੰ ਆਪ ਮੁੰਡੇ ਪਸੰਦ ਕਰਨ ਦਾ ਰਿਵਾਜ ਪਤਾ ਨਹੀਂ ਕਿੰਨਾ ਨੇ ਸਿਖਾ ਦਿੱਤਾ ਹੈ ਚਲੋ ਜੋ ਵੀ ਸੀ ਜਦ ਰਾਤੀ ਉਸਦੇ ਡੈਡੀ ਮੰਮੀ ਬੈੱਡ ਤੇ ਪਏ ਸੀ ਤਾਂ ਉਸਦੇ ਡੈਡੀ ਨੂੰ ਅਚਾਨਕ ਯਾਦ ਆਇਆ ਕਿ ਅੱਜ ਖੁਸ਼ੀ ਦੀ ਮਾਂ ਨੇ ਕੋਈ ਦੱਸਣਾ ਸੀ ਜੋ ਖੁਸ਼ੀ ਨੂੰ ਚਾਹੀਦਾ ਹੈ ਉਹਨੇ ਉਹਦੀ ਮਾਂ ਨੂੰ ਉੱਠ ਕੇ ਪੁੱਛਿਆ ਕਿ ਹੁਣ ਆਪਣੀ ਧੀ ਨੂੰ ਕੀ ਚਾਹੀਦਾ ਹੈ ਤਾਂ ਮਾਂ ਦੇ ਮੂੰਹੋਂ ਨਿਕਲ ਗਿਆ ਪਿਆਰ ਉਸ ਦਾ ਪਿਓ ਕੁਝ ਸਮਝ ਨਹੀਂ ਸਕਿਆ ਤੇ ਦੁਬਾਰਾ ਪੁੱਛਿਆ ਕਾਦਾ ਪਿਆਰ ਕਿਸ ਚੀਜ਼ ਦਾ ਪਿਆਰ ਤਾਂ ਉਸਦੀ ਮਾਂ ਨੇ ਦੱਸਿਆ ਕਿ ਇੱਕ ਮੁੰਡੇ ਦਾ ਪਿਆਰ ਉਮਰ ਭਰ ਲਈ ਉਸ ਦਾ ਪਿਓ ਤਾਂ ਲਾਲ ਹੋ ਗਿਆ ਕਿ ਹੁਣ ਇਹ ਵੀ ਕੋਈ ਨਵਾਂ ਚੰਨ ਚੜੇਗੀ ਪਰ ਫੇਰ ਉਸਦੀ ਮਾਂ ਨੇ ਹੌਸਲਾ ਕਰਕੇ ਸਮਝਾਇਆ ਕਿ ਇਹ ਇਕੱਠੇ ਕਾਲਜ ਪੜ੍ਹਦੇ ਨੇ ਮੁੰਡਾ ਚੰਗਾ ਹੈ ਪੜ੍ਹਾਈ 'ਚ ਵੀ ਤੇ ਸੁਭਾਅ 'ਚ ਵੀ ਮਿਹਨਤੀ ਹੈ ਬਹੁਤ ਸੀਰੀਅਸ ਹੈ ਜ਼ਿੰਦਗੀ ਪ੍ਰਤੀ ਜਾਂ ਉਹ ਸਾਰਾ ਕੁਝ ਜੋ-ਜੋ ਖੁਸ਼ੀ ਨੇ ਆਪਣੀ ਮਾਂ ਨੂੰ ਦੱਸਿਆ ਸੀ ਉਹ ਸਾਰਾ ਉਸ ਨੇ ਉਸਦੇ ਡੈਡੀ ਨੂੰ ਹੂ ਬਹੂ ਦੱਸ ਦਿੱਤਾ ਤੇ ਫੇਰ ਉਸ ਦਾ ਪਿਓ ਨੂੰ ਕੁਝ ਹੌਸਲਾ ਹੋਇਆ ਤੇ ਉਹਨੇ ਮਨਚ ਸੋਚਿਆ ਕਿ ਜੇ ਇਹਨੇ ਭੱਜ ਕੇ ਕਰਾ ਲਿਆ ਤਾਂ ਬਹੁਤ ਬਦਨਾਮੀ ਹੋ। ਇਸ ਲਈ ਮੰਨ ਲੈਣਾ ਹੀ ਠੀਕ ਹੈ। ਵੈਸੇ ਵੀ ਅੱਜਕੱਲ ਸਾਰੇ ਇਹੀ ਬੱਚੇ ਮਰਜ਼ੀ ਨਾਲ ਹੀ ਕਰਾਉਂਦੇ ਨੇ। ਤਾਂ ਉਸਦੇ ਪਿਓ ਨੇ ਵੀ ਕਿਹਾ ਮੈਂ ਮੁੰਡੇ ਨੂੰ ਦੇ ਘਰਦਿਆਂ ਨਾਲ ਮਿਲ ਕੇ ਗੱਲ ਕਰਨੀ ਚਾਹੁੰਨਾ। ਤਾਂ ਇਹ ਗੱਲ ਸੁਣ ਕੇ ਉਸਦੇ ਮਾਂ ਦੇ ਮਨ ਨੂੰ ਕੋਈ ਤਰਵਾਸ ਆਇਆ। ਤੇ ਉਸਨੇ ਸਵੇਰੇ ਹੀ ਖੁਸ਼ੀ ਨੂੰ ਇਹ ਖੁਸ਼ਖਬਰੀ ਸੁਣਾਈ। ਖੁਸ਼ੀ ਨੇ ਉਸੇ ਟਾਈਮ ਮੈਨੂੰ ਦੱਸਿਆ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਾ ਰਿਹਾ ਤੇ ਮੈਂ ਆਪਣੀ ਮਾਂ ਨੂੰ ਦੱਸ ਦਿੱਤਾ ਫੋਨ ਤੇ ਕਿ ਉਸ ਕੁੜੀ ਦੇ ਘਰ ਦੇ ਆ ਰਹੇ ਨੇ ਉਸਦੇ ਪਿਓ ਨੂੰ ਆਪਣੇ ਹਾਲਾਤਾਂ ਦੇ ਕੋਈ ਇਤਰਾਜ਼ ਨਹੀਂ ਬਸ ਉਹ ਆਪਾਂ ਨੂੰ ਮਿਲਣਾ ਚਾਹੁੰਦੇ ਨੇ ਤਾਂ ਮਾਂ ਵੀ ਬਹੁਤ ਖੁਸ਼ ਹੋਈ ਕਿ ਸ਼ੁਕਰ ਹੈ ਘਰ ਵਿੱਚ ਖੁਸ਼ੀਆਂ ਆਉਣੀਆਂ ਹੁਣ ਫੇਰ ਮਿੱਥੇ ਦਿਨ ਉਸਦਾ ਡੈਡੀ ਸਾਡੇ ਘਰ ਵੱਲ ਨੂੰ ਗੱਡੀ ਲੈ ਕੇ ਆਉਣ ਲੱਗ ਪਿਆ ਅਸੀਂ ਘਰੇ ਬਹੁਤ ਤਿਆਰੀ ਕੀਤੀ ਹੋਈ ਸੀ ਸਾਰੇ ਬਹੁਤ ਖੁਸ਼ ਸੀ ਪਰ ਜਦੋਂ ਉਸਦਾ ਡੈਡੀ ਸਾਡੇ ਮੋੜ ਤੋਂ ਘਰ ਆਉਣ ਲੱਗਿਆ ਤਾਂ ਉਸਨੇ ਇੱਕ ਬੰਦੇ ਤੋਂ ਸਾਡੇ ਘਰ ਦਾ ਰਸਤਾ ਪੁੱਛਿਆ ਤਾਂ ਉਹ ਬਹੁਤ ਹੈਰਾਨ ਹੋਇਆ ਕਿ ਇਹ ਗੱਡੀ ਵਾਲੇ ਸਾਡੇ ਘਰ ਕੀ ਕਰਨ ਚੱਲੇ ਹਨ ਜਦੋਂ ਉਸ ਨੂੰ ਪਤਾ ਲੱਗਿਆ ਕਿ ਮੇਰਾ ਰਿਸ਼ਤਾ ਹੋਣ ਲੱਗਿਆ ਹੈ ਤਾਂ ਉਸ ਬੰਦੇ ਨੇ ਕਿਹਾ ਛੱਡੋ ਜਨਾਬ ਆਪਣੀ ਧੀ ਨੂੰ ਇਸ ਤੋਂ ਵਧੀਆ ਨਾ ਹੀ ਵਿਆਹੋ ਕਿਉਂ ਤਸਕਰਾਂ ਦੇ ਮੁੰਡੇ ਨਾਲ ਵਿਆਹਣਾ ਹੈ ਉਸਦੇ ਡੈਡੀ ਨੇ ਹੈਰਾਨ ਹੋ ਕੇ ਕਿਹਾ ਤਸਕਰ ਤਾਂ ਉਸ ਬੰਦੇ ਨੇ ਕਿਹਾ ਹਾਂ ਤਸਕਰ ਜੀ ਦਾ ਮਤਲਬ ਨਸ਼ਾ ਵੇਚਣ ਵਾਲਾ ਹੁੰਦਾ ਏ ਇਹੀ ਤਾਂ ਕਰਦਾ ਹੈ ਇਸ ਮੁੰਡੇ ਦਾ ਪਿਓ ਕਦੇ ਭੁੱਕੀ ਵੇਚਦਾ ਹੈ ਕਦੇ दारू ਇਹ ਸੁਣ ਕੇ ਖੁਸ਼ੀ ਦੇ ਡੈਡੀ ਗੱਡੀ 'ਚ ਬੈਠੇ ਤੇ ਗੱਡੀ ਵਾਪਸ ਲੈ ਗਏ ਅਸੀਂ ਬਹੁਤ ਦੇਰ ਉਡੀਕ ਕਰਦੇ ਰਹੇ ਤਾਂ ਜਦ ਮੈਂ ਖੁਸ਼ੀ ਨੂੰ ਫੋਨ ਲਾਇਆ ਤਾਂ ਪੁੱਛਿਆ ਹਾਂ ਪੁੱਤ ਕਿੱਥੇ ਰਹਿ ਗਏ ਉਸਨੇ ਕਿਹਾ ਅੱਜ ਤੋਂ ਬਾਅਦ ਮੈਨੂੰ ਫੋਨ ਨਾ ਕਰੀ ਤੂੰ ਕਦੇ ਨਹੀਂ ਦੱਸਿਆ ਕਿ ਤੂੰ ਇੱਕ ਤਸਕਰ ਦਾ ਮੁੰਡਾ ਹੈ ਜਿਹੋ ਜਿਹਾ ਪਿਓ ਉਹ ਜਿਹੋ ਜਿਹਾ ਮੁੰਡਾ ਮੇਰਾ ਸਰੀਰ ਸੁਣ ਪਿਆ ਤੇ ਮਾਂ ਦੀ ਬਾਪੂ ਨੂੰ ਬਹੁਤ ਪਹਿਲਾਂ ਕਹੀ ਉਹੀ ਆਵਾਜ਼ ਸੁਣਾਈ ਦਿੱਤੀ ਜੋ ਬੀਜਿਆ ਉਹ ਵੱਡਣਾ ਪਊ ਧੰਨਵਾਦ